ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੀਲ ਯੂਐਸਏ ਟੀਵੀ ਮੈਂ ਹਾਂ ਗੁਰਜਤੇਂਦਰ ਸਿੰਘ ਰੰਦਾਵਾ ਪੰਜਾਬ ਮੀਲ ਖਬਰਾਂ ਦੇ ਸਪਾਂਸਰ ਨੇ ਰੀਅਲ ਸਟੇਟ ਬ੍ਰੋਕਰ ਮੋਹਨ ਚੀਮਾ ਰੀਅਲ ਸਟੇਟ ਦੀ ਦੁਨੀਆ ਦਾ ਮੰਨਿਆ ਪਰਮੰਨਿਆ ਨਾ ਹੁਣ ਪੇਸ਼ ਨੇ ਚੌਣਵੀਆਂ ਖਬਰਾਂ ਕੈਨੇਡਾ ਇਮੀਗ੍ਰੇਸ਼ਨ ਨੇ ਦਿੱਤਾ ਤਕਨੀਕੀ ਮਾਹਿਰਾਂ ਨੂੰ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ ਕੈਨੇਡਾ ਦੇ ਟੂਰਿਜ਼ਮ ਕਾਰੋਬਾਰ ਨੂੰ ਵੱਡਾ ਝਟਕਾ ਘਟੀ ਸੈਲਾਨੀਆਂ ਦੀ ਆਮਦ ਅਮਰੀਕਾ ਚ ਸਿਕਿਉਰਿਟੀ ਕੈਮਰੇ ਹੈਕ ਨੀਰਾ ਟੰਡਨ ਤੋਂ ਬਾਅਦ ਨੀਤਾ ਗੁਪਤਾ ਨੂੰ ਲੈ ਕੇ ਮੁਸ਼ਕਲ ਚ ਪਏ ਬਾਈਡਨ ਅਮਰੀਕੀ ਰੱਖਿਆ ਮੰਤਰੀ ਅਗਲੇ ਹਫਤੇ ਜਾਣਗੇ ਭਾਰਤ ਅਮਰੀਕਾ ਦੀ ਫਾਈਜ਼ਰ ਕੰਪਨੀ ਨੇ ਭਾਰਤ ਚ ਵੈਕਸੀਨ ਬਣਾਉਣ ਦੀ ਪ੍ਰਗਟਾਈ ਇੱਛਾ ਕਰੋਨਾ ਮਹਾਮਾਰੀ ਦੇ 1 ਸਾਲ ਬਾਅਦ ਵਿਸ਼ਵ ਨੂੰ ਇਸ ਤੋਂ ਬਾਹਰ ਨਿਕਲਣ ਦੀ ਉਮੀਦ ਹੁਣ ਖਬਰਾਂ ਤਫਸੀਰ ਨਾਲ ਕੈਨੇਡਾ ਦੀ ਇਮੀਗ੍ਰੇਸ਼ਨ ਆਪਣੇ ਘਟਦੇ ਜਾ ਰਹੇ ਨਾਗਰਿਕੀ ਟੀਚੇ ਨੂੰ ਪੂਰਾ ਕਰਨ ਲਈ ਹਰ ਰੋਜ਼ ਵੱਡੇ ਐਲਾਨ ਕਰ ਰਹੀ ਹੈ ਕੈਨੇਡਾ ਨੇ ਇਹ ਐਲਾਨ ਕੀਤਾ ਹੈ ਕਿ ਜਿਨ੍ਹਾਂ ਵਿਅਕਤੀਆਂ ਕੋਲ ਤਿੰਨ ਤਰ੍ਹਾਂ ਦੀ ਤਕਨੀਕੀ ਸਿੱਖਿਆ ਹੈ ਜਾਂ ਉਹ ਇਨ੍ਹਾਂ ਕੰਮਾਂ ਵਿੱਚ ਜੁੜਨ ਲਈ ਕੈਨੇਡਾ ਆ ਰਹੇ ਹਨ ਹੁਣ ਉਹਨਾਂ ਨੂੰ ਵਰਕ ਪਰਮਿਟ ਦੀ ਜ਼ਰੂਰਤ ਨਹੀਂ ਪਵੇਗੀ ਉਹਨਾਂ ਦੇ ਕੰਮਾਂ ਦਾ ਜਾਇਜ਼ਾ ਤੇ ਤਜਰਬੇ ਦੀ ਜਾਂਚ ਕਰਕੇ ਉਹਨਾਂ ਨੂੰ ਪੱਕੀ ਨਾਗਰਿਕਤਾ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਇਸ ਸਿੱਖਿਆ ਜਾਂ ਕਿਤੇ ਨਾਲ ਸੰਬੰਧਿਤ ਵਿਅਕਤੀ ਨੂੰ ਹੁਣ 14 ਦਿਨ ਦੇ ਾਕਾਤਵਾਸ ਦੇ ਨਾਲ ਹੀ ਹੁਣ ਕਿਸੇ ਵੀ ਹੋਟਲ ਵਿੱਚ ਠਹਿਰਨ ਦੀ ਜ਼ਰੂਰਤ ਨਹੀਂ ਪਵੇਗੀ ਉਹਨਾਂ ਦੱਸਿਆ ਕਿ ਮੈਡੀਕਲ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਵਰਕ ਪਰਮਿਟ ਦੀ ਲੋੜ ਨਹੀਂ ਹੋਵੇਗੀ ਤੇ ਉਹਨਾਂ ਦਾ ਕਿਸੇ ਵੀ ਸ਼ਰਤ ਦੀ ਲਾਗੂ ਨਹੀਂ ਪਵੇਗੀ ਦੂਜੇ ਵਰਗ ਵਿੱਚ ਉਹਨਾਂ ਟਰਾਂਸਪੋਰਟ ਨਾਲ ਜੁੜੇ ਲੋਕਾਂ ਲਈ ਸਹੂਲਤ ਦਿੱਤੀ ਹੈ ਜਿਨ੍ਹਾਂ ਵਿੱਚ ਮੋਟਰ ਮਕੈਨਿਕ ਤੇ ਵੱਡੀਆਂ-ਵੱਡੀਆਂ ਮਸ਼ੀਨਰੀਆਂ ਦੇ ਮਾਹਿਰਾਂ ਨਾਲ ਸੰਬੰਧਤ ਹਨ ਤੀਜੇ ਵਰਗ ਵਿੱਚ ਉਹਨਾਂ ਕਿਹਾ ਕਿ ਮਕਾਨ ਉਸਾਰੀ ਪੁਲ ਉਸਾਰੀ ਜਾਂ ਵੱਡੀਆਂ ਛੋਟੀਆਂ ਯੋਜਨਾਵਾਂ ਦਾ ਨਿਰਮਾਣ ਪੁੰਨ ਵਿਅਕਤੀ ਇਨ੍ਹਾਂ ਸ਼ਰਤਾਂ ਵਿੱਚ ਆਉਂਦੇ ਹਨ ਜਿਕਰ ਯੋਗ ਹੈ ਕਿ ਇਨ੍ਹਾਂ ਮਾਹਿਰਾਂ ਨੂੰ ਕੈਨੇਡਾ ਸਰਕਾਰ ਨੇ ਇੱਕ ਵੱਡੀ ਰਾਹਤ ਦਿੱਤੀ ਹੈ ਉਹ ਹੁਣ ਸਰਕਾਰ ਵੱਲੋਂ ਦਿੱਤੇ ਕਿਸੇ ਵੀ ਸਕੋਰ ਵਿੱਚ ਨਹੀਂ ਆਉਂਦੇ ਕੋਵਿਡ-19 ਦੇ ਇਨਫੈਕਸ਼ਨ ਕਾਰਨ 2020 ਵਿੱਚ ਕੈਨੇਡਾ ਦੀ ਸੈਰਸਪਾਟਾ ਆਰਥਿਕਤਾ ਨੂੰ ਵੱਡਾ ਘਾਟਾ ਪਿਆ ਹੈ। ਸਮਾਚਾਰ ਏਜੰਸੀ ਸ਼ਿਨ ਹੂਆ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਡੈਸਟੀਨੇਸ਼ਨ ਕੈਨੇਡਾ ਨੇ ਕਿਹਾ ਕਿ ਅਪ੍ਰੈਲ ਤੋਂ ਨਵੰਬਰ 2020 ਤੱਕ ਯਾਤਰੀਆਂ ਲਈ ਹਵਾਈ ਆਵਾਜਾਈ ਤੋਂ ਹੋਣ ਵਾਲੇ ਮਾਲੀਆ ਵਿੱਚ 91% ਅਤੇ ਰਹਿੈਸ਼ੀ ਮਾਲੀਆ ਵਿੱਚ 71% ਦੀ ਗਿਰਾਵਟ ਆਈ ਹੈ। ਛੋਟੇ ਅਤੇ ਦਰਮਿਆਨੇ ਆਕਾਰ ਦੇ ਕਾਰੋਬਾਰ ਸੈਰ-ਸਪਾਟਾ ਖੇਤਰ ਵਿੱਚ ਉਦਮ ਦਾ 99% ਬਣਦੇ ਹਨ ਪਿਛਲੀ ਗਰਮੀਆਂ ਵਿੱਚ ਕੈਨੇਡਾ ਦੇ ਹੋਟਲਾਂ ਲਈ ਸਭ ਤੋਂ ਵੱਧ ਹਫਤਾਵਾਰੀ ਔਸਤ ਕੀਤਾ ਦਰ ਸਿਰਫ 42% ਤੱਕ ਪਹੁੰਚ ਗਈ ਸੀ ਜੂਨ 220 ਦੇ ਮਹੀਨੇ ਵੱਡੀਆਂ ਕੈਨੇਡੀਅਨ 에ਅਰਲਾਈਨਾਂ ਤੇ ਯਾਤਰੀਆਂ ਦੀ ਗਿਣਤੀ 440000 ਤੇ ਪਹੁੰਚ ਗਈ ਜੋ 1 ਸਾਲ ਪਹਿਲਾਂ ਇਸੇ ਮਹੀਨੇ ਦੇ ਮੁਕਾਬਲੇ 6.7 ਮਿਲੀਅਨ ਘਟ ਯਾਤਰੀ ਸਨ ਸੈਰਸਪੋਟਾ ਵਿੱਚ ਤੇਜ਼ੀ ਨਾਲ ਗਰਾਵਟ ਦੇ ਨਾਲ ਮਹਾਮਾਰੀ ਨੇ ਕਾਰੋਬਾਰੀ ਸਮਾਗਮਾਂ ਮਨੋਰੰਜਨ ਅਤੇ ਤਿਹਾਰਾਂ ਨੂੰ ਰੋਕ ਦਿੱਤਾ ਸ='%20ਜੁਕਤ ਪ੍ਰਭਾਵ ਦੇ ਨਤੀਜੇ ਵਜੋਂ ਹੋਟਲ ਮਾਲੀਆਂ ਨੂੰ ਭਾਰੀ ਨੁਕਸਾਨ ਹੋਇਆ ਡੈਸਟੀਨੇਸ਼ਨ ਕਨੇਡਾ ਦੇ ਅਨੁਸਾਰ ਅੰਕੜੇ ਦਰਸਾਉਂਦੇ ਹਨ ਕਿ ਵੱਡੇ ਸ਼ਹਿਰਾਂ ਨੂੰ ਸਭ ਤੋਂ ਵੱਧ ਘਟਾ ਹੋਇਆ ਹੈ ਮੋਂਟਰੀਅਲ ਟ੍ਰਾਂਟੋ ਅਤੇ ਵੈਨਕੂਵਰ ਦੇ ਹੋਟਲਾਂ ਵਿੱਚ ਕੈਨੇਡਾ ਦੇ ਕਿਸੇ ਵੀ ਖੇਤਰ ਵਿੱਚ ਸਭ ਤੋਂ ਘੱਟ ਕਿਤੇ ਦਰਜ ਕੀਤੇ ਗਏ ਹਨ ਪਿਛਲੇ ਸਾਲ ਮਾਲੀਆ ਦੇ ਅਨੁਮਾਨ ਵਿੱਚ 79% ਦੀ ਗਿਰਾਵਟ ਆਈ ਹੈ ਜਿਸ ਨਾਲ ਤਿੰਨ ਸ਼ਹਿਰਾਂ ਵਿੱਚ 2.3 ਬਿਲੀਅਨ ਡਾਲਰ 1.8 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ ਰਿਕਵਰੀ ਦੇ ਮੋਢਲੇ ਲੱਛਣਾਂ ਦੇ ਬਾਵਜੂਦ ਦੇਸ਼ ਦੇ ਸੈਰ ਸਪਾਟਾ ਕਾਰੋਬਾਰ ਮਹੱਤਵਪੂਰਨ ਵਿਤਿਤਨਾ ਦਾ ਸਾਹਮਣਾ ਕਰ ਰਹੇ ਹਨ ਇਸ ਦੇ ਨਤੀਜੇ ਵਜੋਂ ਜਨਵਰੀ ਤੋਂ ਨਵੰਬਰ 2020 ਤੱਕ ਐਕਟਿਵ ਕਾਰੋਬਾਰਾਂ ਵਿੱਚ 9% ਦੀ ਗਿਰਾਵਟ ਆਈ ਜੋ ਸਾਰੇ ਕਾਰੋਬਾਰੀ ਸੈਕਟਰਾਂ ਦੀ ਸਭ ਤੋਂ ਵੱਡੀ ਗਿਰਾਵਟ ਹੈ ਡੈਸਟੀਨੇਸ਼ਨ ਕੈਨੇਡਾ ਨੇ ਸੈਰ ਸਪਟਾ ਸੈਕਟਰ ਦਾ ਸਾਹਮਣਾ ਕਰ ਰਹੀ ਮੌਜੂਦਾ ਸਥਿਤੀ ਨੂੰ 911 ਸਾਰਜ ਅਤੇ 2008 ਦੇ ਆਰਥਿਕ ਸੰਕਟ ਦੇ ਬਾਅਦ ਹੋਏ ਪ੍ਰਭਾਵ ਨਾਲੋਂ ਵੀ ਮਾੜਾ ਰਿਹਾ ਹੈ ਸੈਰਸਪਟਾ ਆਰਥਿਕਤਾ ਦੇਸ਼ ਵਿੱਚ 150000 ਨੌਕਰੀਆਂ ਨੂੰ ਬਰਕਰਾਰ ਰੱਖਣ ਵਿੱਚ ਸਹਾਇਤਾ ਕਰਦੀ ਹੈ ਹਰ 10 ਵਿੱਚੋਂ ਇੱਕ ਕੈਨੇਡੀਅਨ ਨੌਕਰੀ ਟੂਰਿਜ਼ਮ ਨਾਲ ਜੁੜੀ ਹੋਈ ਹੈ ਸੈਰਸਪਟਾ ਖੇਤਰ ਵਿੱਚ ਬੇਰੋਜ਼ਗਾਰੀ ਦਰ ਕਿਸੇ ਵੀ ਖੇਤਰ ਵਿੱਚ ਸਭ ਤੋਂ ਉੱਚੀ ਰਹੀ ਜੋ 2020 ਦੇ ਅੰਤ ਵਿੱਚ ਰਾਸ਼ਟਰੀ ਦਰ ਤੋਂ 6.6% ਵੱਧ ਸੀ ਡੈਸਟੀਨੇਸ਼ਨ ਆ ਕੈਨੇਡਾ ਨੇ ਕਿਹਾ ਕਿ ਉਸ ਨੂੰ ਅਨੁਮਾਨਤ 19 ਬਿਲੀਅਨ ਕੈਨੇਡੀਅਨ ਡਾਲਰ ਘਾਟੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਮਰੀਕਾ ਵਿੱਚ ਹੈਕਰਾਂ ਦੇ ਇੱਕ ਗਰੁੱਪ ਵੱਲੋਂ ਸਿਲੀਕਨ ਵੈਲੀ ਵਿੱਚ ਸਥਿਤ ਵੈਰਕਾਡਾ ਦੇ ਵੱਡੇ ਸਿਕਿਉਰਿਟੀ ਕੈਮਰਾ ਡਾਟਾ ਨੂੰ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਹੈਕਿੰਗ ਕਾਰਨ ਹਸਪਤਾਲਾਂ ਕੰਪਨੀਆਂ ਪੁਲਿਸ ਵਿਭਾਗ ਜੇਲ੍ਹ ਸਕੂਲਾਂ ਵਿੱਚ ਲਗਾਏ ਗਏ 1.5 ਲੱਖ ਸਕਿਉਰਿਟੀ ਕੈਮਰੇ ਦੀ ਲਾਈਵ ਫੀਡ ਤੱਕ ਹੈਕਰਾਂ ਦੀ ਪਹੁੰਚ ਹੋ ਗਈ ਹੈ ਜਿਹੜੀਆਂ ਕੰਪਨੀਆਂ ਦੇ ਕੈਮਰਾ ਡਾਟਾ ਲੀਕ ਹੋਏ ਹਨ ਉਹਨਾਂ ਵਿੱਚ ਕਾਰ ਬਣਾਉਣ ਵਾਲੀ ਕੰਪਨੀ ਟੈਸਲਾ ਅਤੇ ਸੌਫਟਵੇਅਰ ਪ੍ਰੋਵਾਈਡਰ ਫਲੇਅਰ ਸ਼ਾਮਲ ਹਨ ਇਹੀ ਨਹੀਂ ਹੈਕਰਾਂ ਦੀ ਬੀਬੀਆਂ ਦੇ ਹਸਪਤਾਲ ਅੰਦਰ ਦੀਆਂ ਤਸਵੀਰਾਂ ਅਤੇ ਖੁਦ ਵੈਰਕਾਡਾ ਦੇ ਦਫ਼ਤਰਾਂ ਦੇ ਸੀਸੀਟੀਵੀ ਫੁਟੇਜ ਤੱਕ ਦੀ ਪਹੁੰਚ ਹੋ ਗਈ ਕਈ ਕੈਮਰੇ ਚਿਹਰੇ ਨੂੰ ਪਛਾਣਨ ਦੀ ਤਕਨੀਕ ਦੀ ਵਰਤੋਂ ਕਰਦੇ ਹਨ ਇਹਨਾਂ ਦਾ ਡਾਟਾ ਵੀ ਹੈਕਰਾਂ ਦੇ ਹੱਥ ਲੱਗਿਆ ਹੈ ਹੈਕਰਾਂ ਨੇ ਕਿਹਾ ਹੈ ਕਿ ਉਹਨਾਂ ਕੋਲ ਵੈਰਕਾਡਾ ਦੇ ਸਾਰੇ ਗਾਕਾਂ ਦੇ ਪੂਰੇ ਵੀਡੀਓ ਇੱਕੋ ਵੀ ਤੱਕ ਪਹੁੰਚ ਗਏ ਹਨ ਟੈਸਲਾ ਦੇ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਸ਼ੰਗਾਈ ਵਿੱਚ ਕਰਮਚਾਰੀ ਇੱਕ ਅਸੈਂਬਲੀ ਲਾਈਨ ਤੇ ਕੰਮ ਕਰ ਰਹੇ ਹਨ ਹੈਕਰਾਂ ਨੇ ਦੱਸਿਆ ਕਿ ਉਹਨਾਂ ਨੂੰ ਟੈਸਲਾ ਦੀ ਫੈਕਟਰੀਆਂ ਅਤੇ ਗਦਾਮਾਂ ਦੇ 222 ਕੈਮਰਿਆਂ ਤੱਕ ਦੀ ਪਹੁੰਚ ਮਿਲ ਗਈ ਹੈ ਇੱਕ ਹੈਕਰ ਨੇ ਕਿਹਾ ਕਿ ਕੈਮਰੇ ਦੇ ਇਸ ਡਾਟਾ ਤੇ ਅੰਤਰਰਾਸ਼ਟਰੀ ਹੈਕਰਾਂ ਦੇ ਦਲ ਨੇ ਮਿਲ ਕੇ ਕਬਜ਼ਾ ਕੀਤਾ ਹੈ ਅਤੇ ਇਸ ਦਾ ਉਦੇਸ਼ ਇਹ ਦਿਖਾਉਣਾ ਹੈ ਕਿ ਕਿੰਨੇ ਵੱਡੇ ਪੱਧਰ ਤੇ ਵੀਡੀਓ ਕੈਮਰੇ ਜਰੀਏ ਨਿਗਰਾਨੀ ਹੋ ਰਹੀ ਹੈ ਨੀਰਟੰਦਨ ਦੀ ਤਰ੍ਹਾਂ ਬਨੀਤਾ ਵੀ ਇੱਕ ਪੁਰਾਣੀ ਪੋਸਟ ਨੂੰ ਲੈ ਕੇ ਫਸ ਗਈ ਹੈ ਇਸ ਨਾਲ ਸਵਾਲ ਖੜਾ ਹੋ ਗਿਆ ਹੈ ਕਿ ਬਨੀਤਾ ਬਾਈਡਨ ਪ੍ਰਸ਼ਾਸਨ ਦੀ ਹਿੱਸਾ ਰਹਿ ਸਕੇਗੀ ਕਿ ਨਹੀਂ ਜ਼ਿਕਰਯੋਗ ਹੈ ਕਿ ਨੀਰਾ ਟੰਡਨ ਦੀਆਂ ਪੁਰਾਣੀਆਂ ਪੋਸਟਰਾਂ ਤੇ ਸੈਨੇਟਰਾਂ ਨੇ ਵਿਰੋਧ ਪ੍ਰਗਟਾਇਆ ਸੀ ਇਸ ਤੋਂ ਬਾਅਦ ਰਾਸ਼ਟਰਪਤੀ ਬਾਈਡਨ ਨੇ ਉਹਨਾਂ ਦਾ ਨਾਂ ਵਾਪਸ ਲੈ ਲਿਆ ਸੀ ਹੁਣ ਬਨੀਤਾ ਨੂੰ ਲੈ ਕੇ ਵੀ ਬਾਈਡਨ ਦੇ ਸਾਹਮਣੇ ਸਵਾਲ ਖੜਾ ਹੋ ਗਿਆ ਹੈ ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਬਾਈਡਨ ਕੀ ਸਟੈਂਡ ਲੈਂਦੇ ਹਨ ਅਮਰੀਕੀ ਰਾਸ਼ਟਰਪਤੀ ਬਾਈਡਨ ਦੇ ਸਾਹਮਣੇ ਭਾਰਤੀ ਅਮਰੀਕੀ ਬਨੀਤਾ ਗੁਪਤਾ ਦੀ ਨਿਯੁਕਤੀ 'ਚ ਵੀ ਮੁਸ਼ਕਲਾਂ ਆ ਰਹੀਆਂ ਹਨ ਇੰਟਰਨੈਟ ਮੀਡੀਆ ਤੇ ਆਪਣੀ ਪੁਰਾਣੀ ਪੋਸਟ ਨੂੰ ਲੈ ਕੇ ਆਲੋਚਨਾ ਦਾ ਸ਼ਿਕਾਰ ਹੋ ਰਹੀ ਹੈ ਬਨੀਤਾ ਨੇ ਸਾਰੇ ਸੰਸਦ ਮੈਂਬਰਾਂ ਨੂੰ ਇਹ ਵੀ ਵਿਸ਼ਵਾਸ ਦਵਾਇਆ ਹੈ ਕਿ ਉਹ ਚੁਣੀ ਜਾਂਦੀ ਹੈ ਤਾਂ ਬਿਹਤਰ ਕੰਮ ਕਰਕੇ ਦਿਖਾਏਗੀ ਆਪਣੇ ਇੰਟਰਨੈਟ ਮੀਡੀਆ ਤੇ ਪੁਰਾਣੀ ਪੋਸਟ ਕਰਨ ਸੰਕਟ 'ਚ ਆਉਣ ਵਾਲੀ ਇਹ ਦੂਜੀ ਭਾਰਤੀ ਅਮਰੀਕੀ ਮਹਿਲਾ ਹੈ 46 ਸਾਲਾ ਅਨੀਤਾ ਗੁਪਤਾ ਦਾ ਇਸ ਮੁੱਦੇ ਨੂੰ ਲੈ ਕੇ ਸੈਨੇਟ ਦੀ ਕਮੇਟੀ ਕੁਝ ਰਿਪਬਲਿਕਨ ਸੰਸਦ ਮੈਂਬਰ ਜ਼ਬਰਦਸਤ ਵਿਰੋਧ ਕਰ ਰਹੇ ਹਨ ਫਿਲਹਾਲ ਉਹਨਾਂ ਦੀਆਂ ਮੁਸ਼ਕਲਾਂ ਘਟ ਨਹੀਂ ਹੋ ਰਹੀਆਂ ਹਨ ਅਮਰੀਕਾ ਦੇ ਰੱਖਿਆ ਮੰਤਰੀ ਲਾਰੇ ਡਾਸਟਨ ਅਗਲੇ ਹਫਤੇ ਜਾਪਾਨ ਅਤੇ ਦੱਖਣੀ ਕੋਰੀਆ ਦੇ ਨਾਲ ਭਾਰਤ ਦੀ ਯਾਤਰਾ ਤੇ ਵੀ ਜਾਣਗੇ ਅਮਰੀਕੀ ਰੱਖਿਆ ਮੰਤਰਾਲਾ ਪੈਂਟਾਗਨ ਨੇ ਇਹ ਐਲਾਨ ਕੀਤਾ ਬਾਈਡਨ ਪ੍ਰਸ਼ਾਸਨ ਦੇ ਸੀਨੀਅਰ ਮੈਂਬਰ ਦੇ ਤੌਰ ਤੇ ਇਹ ਉਹਨਾਂ ਦੀ ਪਹਿਲੀ ਵਿਦੇਸ਼ ਯਾਤਰਾ ਹੋਵੇਗੀ ਇਹ ਪਹਿਲਾ ਮੌਕਾ ਹੈ ਜਦ ਕਿਸੇ ਅਮਰੀਕੀ ਰੱਖਿਆ ਮੰਤਰੀ ਦੀ ਪਹਿਲੀ ਵਿਦੇਸ਼ ਯਾਤਰਾ ਚ ਭਾਰਤ ਨੂੰ ਸ਼ਾਮਲ ਕੀਤਾ ਗਿਆ ਹੈ ਪੈਂਟਾਗਨ ਨੇ ਕਿਹਾ ਹੈ ਕਿ ਆਸਟਨ ਅੰਤਰਰਾਸ਼ਟਰੀ ਰੱਖਿਆ ਸਬੰਧ ਦੇ ਮਹੱਤਵ ਤੇ ਚਰਚਾ ਕਰਨ ਲਈ ਆਪਣੇ ਹਮਰਤਮ ਮੰਤਰੀ ਰਾਜਨਤ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ ਉਹ ਸੁਤੰਤਰ ਅਤੇ ਹਿੰਦ ਪ੍ਰਸ਼ਾਸਤ ਖੇਤਰ ਦੇ ਪ੍ਰਤੀ ਅਮਰੀਕਾ ਦੀ ਵਚਨਬੱਧਤਾ ਨੂੰ ਵੀ ਦੁਹਰਾਉਣਗੇ ਪੈਂਟਾਗਨ ਨੇ ਕਿਹਾ ਕਿ ਆਸਟਨ 13 ਮਾਰਚ ਨੂੰ ਆਪਣੀ ਪਹਿਲੀ ਵਿਦੇਸ਼ ਯਾਤਰਾ ਦੀ ਸ਼ੁਰੂਆਤ ਕਰਨਗੇ ਉਹ ਹਵਾਈ ਚ ਯੂਐਸ ਹਿੰਦ ਪ੍ਰਸ਼ਾਂਤ ਦੇ ਮੁੱਖ ਦਫ਼ਤਰ ਦਾ ਦੌਰਾ ਕਰਨਗੇ ਉਹ ਜਾਪਾਨ ਚ ਅਮਰੀਕੀ ਫੌਜੀਆ ਅਤੇ ਸਰਕਾਰ ਦੇ ਚੋਟੀ ਦੇ ਨੇਤਾਵਾਂ ਨੂੰ ਮਿਲਣਗੇ ਅਤੇ ਕੋਰੀਆ ਅਤੇ ਭਾਰਤ ਚ ਸਰਕਾਰ ਦੇ ਚੋਟੀ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਅਮਰੀਕਾ ਦੀ ਫਾਈਜ਼ਰ ਕੰਪਨੀ ਨੇ ਆਪਣੀ ਕਰੋਨਾ ਵੈਕਸੀਨ ਦਾ ਭਾਰਤ ਦੇ ਭਾਈਵਾਲੀ ਦੇ ਦੇਸ਼ 'ਚ ਹੀ ਉਤਪਾਦਨ ਕਰਨ ਦੀ ਇੱਛਾ ਪ੍ਰਗਟਾਈ ਹੈ। ਅਮਰੀਕੀ ਕੰਪਨੀ ਚਾਹੁੰਦੀ ਹੈ ਕਿ ਭਾਰਤ 'ਚ ਉਸ ਦਾ ਕਲੀਨਿਕਲ ਟਰਾਇਲ ਜਲਦ ਪੂਰਾ ਕਰ ਲਿਆ ਜਾਵੇ। ਕੰਪਨੀ ਉਤਪਾਦਨ ਤੋਂ ਬਾਅਦ ਬਰਾਮਦ ਤੇ ਕੀਮਤਾਂ 'ਚ ਵੀ ਆਜ਼ਾਦੀ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਫਾਈਜ਼ਰ ਨੇ ਸਭ ਤੋਂ ਪਹਿਲਾਂ ਆਪਣੀ ਵੈਕਸੀਨ ਨੂੰ ਮਨਜ਼ੂਰੀ ਦੇਣ ਲਈ ਅਰਜ਼ੀ ਦਿੱਤੀ ਸੀ ਪਰ ਭਾਰਤ ਨੇ ਕਲੀਨਿਕਲ ਟਰਾਇਲ ਦੀਆਂ ਸਾਰੀਆਂ ਰਸਮੀ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਹੀ ਮਨਜ਼ੂਰੀ ਦੇਣ ਦੀ ਗੱਲ ਕਹੀ ਸੀ। ਹੁਣ ਕੰਪਨੀ ਨੇ ਜਰ ਹੋਰ ਜਿਆਦਾ ਡਾਟਾ ਮੁਹੱਈਆ ਕਰਵਾਉਂਦਿਆਂ ਹੋਇਆਂ ਗੱਲ ਅੱਗੇ ਵਧਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਫਾਈਲਰ ਦੀ ਵੈਕਸੀਨ ਬ੍ਰਾਜ਼ਿਲ ਅਤੇ ਵੈਰੀਐਂਟ ਤੇ ਵੀ ਕਾਰਗਰ ਹੈ ਮੌਜੂਦਾ ਸਮੇਂ ਆਕਸਫੋਰਡ ਐਕਸਟਰਾ ਜੈਨਿਕਾ ਦੀ ਕੋਵੀ ਸ਼ੀਲਡ ਵੈਕਸੀਨ ਦਾ ਭਾਰਤ ਦੇ سیرਮ ਇੰਸਟੀਚਿਊਟ ਚ ਉਤਪਾਦਨ ਕੀਤਾ ਜਾ ਰਿਹਾ ਹੈ ਇਹ ਕੰਪਨੀ ਵੈਕਸੀਨ ਬਣਾਉਣ ਦੀ ਸਭ ਤੋਂ ਵੱਡੀ ਕੰਪਨੀ ਹੈ कोरोना वायरस महामारी ਦਾ ਪ੍ਰਭਾਵ ਪੂਰੇ ਵਿਸ਼ਵ ਤੇ ਪਿਆ ਹੈ ਲਗਭਗ ਸਾਰੇ ਦੇਸ਼ ਇਸ ਨਾਲ ਪ੍ਰਭਾਵਿਤ ਹੋਏ ਹਨ ਪਰ ਹੁਣ ਦੁਨੀਆ ਇਸ ਮਹਾਮਾਰੀ ਤੋਂ ਬਾਹਰ ਨਿਕਲਣ ਵੱਲ ਵੱਧ ਰਹੀ ਹੈ ਵਿਸ਼ਵ ਸਿਹਤ ਸੰਗਠਨ ਨੇ 11 ਮਾਰਚ 2020 ਨੂੰ করোনা ভাইরাস ਨੂੰ ਮਹਾਮਾਰੀ ਐਲਾਨਿਆ ਸੀ ਇਸ ਤੋਂ ਬਾਅਦ ਲੱਖਾਂ ਲੋਕਾਂ ਦੀ ਮੌਤ ਹੋਈ ਅਰਥ ਵਿਵਸਥਾ ਦਾ ਪ੍ਰਭਾਵ ਹੋਇਆ ਅਤੇ ਆਮ ਜਨ ਜੀਵਨ ਪ੍ਰਭਾਵਿਤ ਹੋ ਗਿਆ ਇਹ ਮਹਾਮਾਰੀ ਦੇ 1 ਸਾਲ ਬਾਅਦ ਹਾਲਾਤ ਆਮ ਹੋਣ ਦਾ ਸੁਪਨਾ ਹੁਣ ਦੇਖਿਆ ਜਾ ਰਿਹਾ ਹੈ ਇਸ ਦਾ ਕ੍ਰੈਡਿਟ ਵਕ ਵਕ ਵੈਕਸੀਨਾਂ ਨੂੰ ਵੀ ਦਿੱਤਾ ਜਾਂਦਾ ਹੈ ਉਮੀਦ ਹੈ ਕਿ 1 ਜਾਂ 2 ਸਾਲਾਂ ਚ ਜਨ ਜੀਵਨ ਆਮ ਹੋ ਸਕਦਾ ਹੈ ਮਹਾਮਾਰੀ ਕਾਰਨ ਦੁਨੀਆ ਦੀਆਂ ਕਈ ਥਾਵਾਂ ਤੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਮਰੀਕਾ ਵਿੱਚ ਇੱਕ ਵਿਅਕਤੀ 91 ਸਾਲ ਦੀ ਉਮਰ ਹੋਣ ਦੇ ਬਾਵਜੂਦ ਪੁਲਿਸ ਦੇ ਭਾਗ ਦੀ ਸੇਵਾ ਕਰ ਰਿਹਾ ਹੈ ਦੇਸ਼ ਦੇ ਸੂਬੇ ਅਰਕੰਸਾਸ ਦੇ ਕੈਮਡਨ ਵਿੱਚ ਉਹ ਬਿਨਾਂ ਨਿਸ਼ਾਨ ਦੀ ਪੁਲਿਸ ਦੀ ਕਾਰ ਵਿੱਚ ਘੁੰਮਦਾ ਹੈ ਅਤੇ ਕੈਮਡਨ ਵਿੱਚ ਹਰ ਕੋਈ ਉਸ ਦਾ ਨਾਮ ਜਾਣਦਾ ਹੈ ਇਸ ਵਿਅਕਤੀ ਦਾ ਨਾਮ ਐਨ ਸੀ ਬਖਸ਼ਾਟ ਸਮਿਥ ਹੈ ਜੋ ਕਿ ਰਾਜ ਦਾ ਸਭ ਤੋਂ ਪੁਰਾਣਾ ਪੁਲਿਸ ਅਧਿਕਾਰੀ ਹੈ ਜਿਸ ਦੀ ਉਮਰ 91 ਸਾਲ ਹੈ। ਸਮਿਥ ਅਨੁਸਾਰ ਬੈਜ ਅਤੇ ਬੰਦੂਕ ਕਿਸੇ ਵਿਅਕਤੀ ਨੂੰ ਇੱਕ ਪੁਲਿਸ ਅਧਿਕਾਰੀ ਨਹੀਂ ਬਣਾਉਂਦੇ ਸਗੋਂ ਤੁਹਾਨੂੰ ਲੋਕਾਂ ਦਾ ਆਦਰ ਕਰਨਾ ਚਾਹੀਦਾ ਹੈ। ਸਮਿਥ ਨੇ ਉਚਿਤਾ ਕਾਉਂਟੀ ਸ਼ੈਰਫ ਵਭਗ ਲਈ 4 ਦਹਾਕਿਆਂ ਤੋਂ ਵੱਧ ਕੰਮ ਕਰਕੇ ਆਪਣੀ ਪ੍ਰਸਿੱਧੀ ਪ੍ਰਾਪਤ ਕੀਤੀ ਜਿੱਥੇ ਉਸ ਨੂੰ ਬਚਪਨ ਦੇ ਉਪਨਾਮ ਬਖਸ਼ਾਟ ਦੁਆਰਾ ਜਾਣਿਆ ਗਿਆ। ਇੱਕ ਡਿਪਟੀ ਦੇ ਰੂਪ ਵਿੱਚ 46 ਸਾਲਾਂ ਬਾਅਦ ਉਹ ਸਿਰਫ 5 ਮਹੀਨਿਆਂ ਲਈ ਸੇਵਾ ਮੁਕਤ ਹੋਇਆ ਜਿਸ ਦੌਰਾਨ ਉਸ ਨੂੰ ਆਪਣੀ ਜ਼ਿੰਦਗੀ ਬੇਕਾਰ ਲੱਗਣ ਲੱਗੀ ਇਸ ਲਈ ਆਪਣੇ 80 ਦੇ ਦਹਾਕੇ ਵਿੱਚ ਉਸ ਨੇ ਕੈਮਡੇਨ ਪੁਲਿਸ ਵਿਭਾਗ ਵਿੱਚ ਸਭਾਵਾਂ ਦੇਣੀਆਂ ਸ਼ੁਰੂ ਕੀਤੀਆਂ ਮੇਅਰ ਜੂਲੀਅਨ ਲੋਟ ਅਨੁਸਾਰ ਸਮਿਥ ਕੋਲ ਹਥਿਆਰ ਹੁੰਦਾ ਹੈ ਪਰ ਉਹ ਇਸ ਦੀ ਵਰਤੋਂ ਨਹੀਂ ਕਰਦਾ ਕਿਉਂਕਿ ਉਹ ਕਾਉਂਟੀ ਵਿੱਚ ਸਭ ਨੂੰ ਜਾਣਦਾ ਹੈ ਸਮਿਥ ਅਨੁਸਾਰ ਉਸ ਨੇ ਆਪਣੇ ਕੈਰੀਅਰ ਦੌਰਾਨ ਲੋਕਾਂ ਨੂੰ ਜੇਲ੍ਹ ਭੇਜਣ ਨਾਲੋਂ ਸਹੀ ਸੇਧ ਦੇ ਕੇ ਘਰ ਭੇਜਿਆ ਹੈ ਸਮੇਤ ਨੇ ਦੱਸਿਆ ਕਿ ਉਹ ਅਜੇ ਰਿਟਾਇਰ ਨਹੀਂ ਹੋਣਾ ਚਾਹੁੰਦਾ ਅਤੇ ਸ਼ਹਿਰ ਵਿੱਚ ਗਸ਼ਤ ਜਾਰੀ ਰੱਖਣ ਦੀ ਯੋਜਨਾ ਬਣਾ ਰਿਹਾ ਹੈ। ਪੰਜਾਬ ਬਿਜ਼ਨਸ ਬਿਊਰੋ ਦੇ ਰਾਜ ਦੇ ਕੁਝ ਪ੍ਰਾਈਵੇਟ ਹਸਪਤਾਲਾਂ ਵੱਲੋਂ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਆਯੂਸ਼ਮਾਨ ਭਾਰਤ ਅਧੀਨ ਲਾਭਪਾਤਰੀਆਂ ਦਾ ਇਲਾਜ ਕਰਨ ਦੇ ਨਾਮ ਹੇਠ ਫਰਜੀ ਡਾਕਟਰੀ ਬਿੱਲਾਂ ਲਈ ਪ੍ਰਤੀਪੂਰਤੀ ਦੇ ਕਲੇਮਾਂ ਵਿੱਚ ਕਰੋੜਾਂ ਰੁਪਏ ਦੀ ਕਪਲੇਬਾਜੀ ਕਰਕੇ ਮੋਟੀਆਂ ਰਕਮਾਂ ਦੇ ਬੀਮਾ ਕਲੇਮ ਹਾਸਲ ਕੀਤੇ ਜਾਣ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਅਧਿਕਾਰਤ IFCO ਟੋਕੀਓ ਬੀਮਾ ਕੰਪਨੀ ਵੱਲੋਂ ਸਰਕਾਰੀ ਹਸਪਤਾਲਾਂ ਦੇ ਬੀਮਾ ਕਲੇਮ ਭਾਰੀ ਮਾਤਰਾ ਵਿੱਚ ਰੱਦ ਕਰ ਦਿੱਤੇ ਗਏ ਜਿਸ ਕਰਕੇ ਰਾਜ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਦਾ ਘਾਟਾ ਪਿਆ ਹੈ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਮੁਖ ਡਾਇਰੈਕਟਰ ਤੇ ਡੀਜੀਪੀ ਸ਼੍ਰੀ ਬੀਕੇ ਉਪਲ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਯੋਜਨਾ ਵਿੱਚ ਚੱਲ ਰਹੇ ਇਸ ਘਟਾਲੇ ਦੀ ਹਰ ਪੱਖ ਤੋਂ ਡੰਗਿਆਈ ਨਾਲ ਜਾਂਚ ਕੀਤੀ ਜਾ ਰਹੀ ਹੈ ਇੱਕ ਵਿਜੀਲੈਂਸ ਇਨਕੁਆਇਰੀ ਦਰਜ ਕੀਤੀ ਗਈ ਹੈ ਤਾਂ ਜੋ ਇਸ ਯੋਜਨਾ ਅਧੀਨ ਪ੍ਰਾਈਵੇਟ ਹਸਪਤਾਲਾਂ ਵੱਲੋਂ ਕੀਤੀ ਜਾ ਰਹੀ ਵੱਡੀ ਕਪੜੇਬਾਜੀ ਕਰਕੇ ਆਪਣੇ ਆਪ ਨੂੰ ਵਿਤੀ ਲਾਭ ਪਹਚਾਣ ਸੰਬੰਧੀ ਕੀਤੀਆਂ ਜਾ ਰਹੀਆਂ ਬੇਨਿਯਮਾਂ ਦਾ ਪਰਦਾਫਾਸ਼ ਕੀਤਾ ਜਾ ਸਕੇ ਅਤੇ ਸਰਕਾਰੀ ਹਸਪਤਾਲਾਂ ਦੇ ਬੀਮਾ ਕਲੇਮ ਰੱਦ ਕਰਨ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਸਕੇ ਉਹਨਾਂ ਦੱਸਿਆ ਕਿ ਇਸ ਸਬੰਧ ਵਿੱਚ ਦਿਲਜਿੰਦਰ ਸਿੰਘ ਢਿੱਲੋਂ ਐਸਐਸਪੀ ਵਿਜਨਸ ਬਿਊਰੋ ਜਲੰਧਰ ਰੇਂਜ ਜਲੰਧਰ ਵੱਲੋਂ ਇਕੱਤਰ ਕੀਤੀ ਗਈ ਮੋਢਲੀ ਜਾਂਚ ਅਨੁਸਾਰ ਆਯੂਸ਼ਮਾਨ ਭਾਰਤ ਸਕੀਮ ਤਹਿਤ ਜਲੰਧਰ ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਕਈ ਵੱਡੇ ਨਾਮੀ ਗ੍ਰਾਮੀ ਹਸਪਤਾਲਾਂ ਵੱਲੋਂ ਸਮਾਰਟ ਸਿਹਤ ਕਾਰਡ ਧਾਰਕਾਂ ਦੇ ਨਾਮ ਉੱਤੇ ਮੋਟੀਆਂ ਰਕਮਾਂ ਦੇ ਫਰਜ਼ੀ ਡਾਕਟਰੀ ਬਿੱਲ ਤਿਆਰ ਕਰਕੇ ਵੱਡੇ ਪੱਧਰ ਤੇ ਕਪੜੀ ਬਾਜੀ ਕਰਕੇ ਬੀਮਾ ਕਲੇਮ ਹਾਸਲ ਕੀਤਾ ਜਾ ਰਹੇ ਹਨ ਇਨ੍ਹਾਂ ਤਿੰਨ ਜ਼ਿਲ੍ਹਿਆਂ ਵਿੱਚ ਕੁੱਲ 35 ਸਰਕਾਰੀ ਹਸਪਤਾਲ ਅਤੇ 77 ਪ੍ਰਾਈਵੇਟ ਹਸਪਤਾਲ ਇਸ ਯੋਜਨਾ ਦੇ ਅਨ ਰਾਜ ਸਰਕਾਰ ਵੱਲੋਂ ਸੂਚੀਬੱਧ ਕੀਤੇ ਗਏ ਹਨ ਸ਼ਿਰੂਪਲ ਨੇ ਹੋਰ ਵੇਰਵੇ ਦੇ ਅੰਦਰ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਕਸਬੇ ਵਿੱਚ ਚੱਲ ਰਹੇ ਇੱਕ ਨਾਮੀ ਹਸਪਤਾਲ ਜਾਂਚ ਪ੍ਰਭਾਵਿਤ ਨਾ ਹੋਵੇ ਇਸ ਕਾਰਨ ਨਾਮ ਨਹੀਂ ਦਿੱਤਾ ਜਾ ਰਿਹਾ ਨੇ ਇਸ ਸਾਲ ਦੌਰਾਨ ਕਰੀਬ 1282 ਵਿਅਕਤੀਆਂ ਦੇ ਇਲਾਜ ਲਈ ਕੁੱਲ 4 ਕਰੋੜ 43 ਲੱਖ 98 ਹਜ਼ਾਰ ਰੁਪਏ ਦਾ ਬੀਮਾ ਕਲੇਮ ਕੀਤਾ ਗਿਆ ਜਿਸ ਵਿੱਚੋਂ ਇਸ ਹਸਪਤਾਲ ਦੇ 519 ਕਲੇਮ ਰੱਦ ਹੋ ਗਏ ਅਤੇ ਬਾਕੀ ਰਹਿੰਦੇ ਕੇਸਾਂ ਵਿੱਚੋਂ ਕੁੱਲ 4 ਕਰੋੜ 23 ਲੱਖ 48 ਹਜ਼ਾਰ ਰੁਪਏ ਦੇ ਕਲੇਮ ਸਟੇਟ ਹੈਲਥ ਅਥਾਰਟੀ ਪੰਜਾਬ ਵੱਲੋਂ ਪਾਸ ਕੀਤੇ ਗਏ ਹਨ ਪਾਸ ਹੋਈ ਇਸ ਰਾਸ਼ੀ 4 ਕਰੋੜ 43 ਲੱਖ 98 ਰੁਪਏ ਵਿੱਚੋਂ ਹੁਣ ਤੱਕ 1 ਕਰੋੜ 86 ਲੱਖ 59 ਹਜ਼ਾਰ 150 ਰੁਪਏ ਦੀ ਰਕਮ ਦੀ ਅਦਾਇਗੀ ਬੀਮਾ ਕੰਪਨੀ IFCO ਟੋਕੀਓ ਵੱਲੋਂ ਉਕਤ ਹਸਪਤਾਲ ਨੂੰ ਕੀਤੀ ਜਾ ਚੁੱਕੀ ਹੈ ਪੰਜਾਬ ਵਿਧਾਨ ਸਭਾ ਨੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਐਮ ਐਲ ਏ ਖੈਰਾ ਦੀ ਰਹਿائش ਦੇ ਏ ਡੀ ਸੀ ਵੱਲੋਂ ਕੀਤੀ ਗਈ ਰੇਡ ਦੀ ਆਲੋਚਨਾ ਕਰਦਿਆਂ ਇਸ ਨੂੰ ਗੈਰ ਸੰਵਧਾਨਕ ਤੇ ਅਨੁਚਿਤ ਦੱਸਿਆ ਹੈ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸਦਨ ਨੇ ਕੇਂਦਰੀ ਏਜੰਸੀਆਂ ਜਿਵੇਂ ਸੀ ਬੀ ਆਈ ਈ ਡੀ ਐਨ ਆਈ ਏ ਆਦਿ ਵਰਤੋਂ ਕਿਸਾਨਾਂ ਰਾਜਨੀਤਿਕ ਤੌਰ ਤੇ ਚੁਣੇ ਹੋਏ ਨੁਮਾਇੰਦਿਆਂ ਅਤੇ ਇਥੋਂ ਤੱਕ ਕਿ ਕੁਝ ਸਰਕਾਰੀ ਅਧਿਕਾਰੀਆਂ ਸਮੇਤ ਨਿਰਦੋਸ਼ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਕੀਤੇ ਜਾਣਵਰੁੱਧ 100 ਵਿੱਚ ਆਵਾਜ਼ ਉਠਾਉਂਦਿਆਂ ਇਸ ਮੁੱਦੇ ਤੇ ਚਿੰਤਾ ਜ਼ਾਹਿਰ ਕੀਤੀ ਜਦਕਿ ਇਹ ਏਜੰਸੀਆਂ ਜਨ ਤੱਕ ਜ਼ਿੰਦਗੀ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਹਨ ਸਸਤੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ اجلاس ਦੌਰਾਨ ਸਦਨ ਦੇ ਮੈਂਬਰਾਂ ਦਾਰਸਖਪਾਲ ਸਿੰਘ ਖੈਰਾ ਨੂੰ ਸਦਨ ਦੀ ਕਾਰਵਾਈ ਵਿੱਚ ਗੈਰ ਹਾਜ਼ਰ ਰਹਿਣ ਲਈ ਮਜਬੂਰ ਕੀਤਾ ਗਿਆ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਅਨੁਚਿਤ ਅਤੇ ਗੈਰ ਸਵਿਧਾਨਕ ਦਖਲ ਅੰਦਾਜ਼ੀ ਕਰਕੇ ਉਹਨਾਂ ਨੂੰ ਹਲਕੇ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਆਪਣੀਆਂ ਸਵਿਧਾਨਕ ਜ਼ਿੰਮੇਵਾਰੀਆਂ ਨਿਭਾਉਣ ਤੋਂ ਰੋਕਿਆ ਗਿਆ ਜਿਸ ਦਾ ਸਦਨ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਨੋਟਿਸ ਲਿਆ ਗਿਆ ਹੈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਇਸ ਕਾਰਵਾਈ ਦੀ ਆਲੋਚਨਾ ਕੀਤੀ ਗਈ ਹੈ ਕੇਂਦਰੀ ਏਜੰਸੀਆਂ ਦੀ ਗੈਰ ਸਵਿਧਾਨਕ ਅਤੇ ਅਨੁਚਿਤ ਵਰਤੋਂ ਦੀ ਨਿੰਦਾ ਕਰਦਿਆਂ ਸਦਨ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨ ਦੀ ਨਿਰਧਾਰਤ ਪ੍ਰਕਿਰਿਆ ਨੂੰ ਤੋੜ ਕੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਤੋਂ ਗੁਰੇਜ਼ ਕਰਨ ਅਤੇ ਦੇਸ਼ ਵਿੱਚ ਸਥਾਪਿਤ ਲੋਕਤੰਤਰੀ ਸਿਧਾਂਤਾਂ ਨੂੰ ਕਾਇਮ ਰੱਖੇ ਇਹ ਸਨ ਅੱਜ ਦੀਆਂ ਖਬਰਾਂ ਗੁਰਜਤੇਂਦਰ ਸਿੰਘ ਰੰਦਾਵਾ ਨੂੰ ਅਜਾੜਤ ਦਿਓ ਫਿਰ ਮਿਲਾਂਗੇ ਨਵੀਆਂ ਖਬਰਾਂ ਨਾਲ